ਸਤ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਨੰਗਲ ਤੇ ਤੁਸੀਂ ਦੇਖ ਰਹੇ ਹੋ ਸਦ ਕਡੇਰੀ ਫਾਰਮਿੰਗ ਅੱਜ ਜਿਹੜੀ ਵੀਡੀਓ ਆਪਾਂ ਬਣਾ ਰਹੇ ਆਂ ਇਸ ਵੀਡੀਓ ਦੇ ਵਿੱਚ ਇੱਕ ਪ੍ਰੋਡਕਟ ਬਾਰੇ ਗੱਲ ਕਰਾਂਗੇ ਇਹ ਕੋਈ ਪ੍ਰੋਮੋਸ਼ਨ ਵਾਸਤੇ ਵੀਡੀਓ ਨਾ ਮੰਨਿਓ ਕਿਉਂਕਿ ਬਿਨਾਂ ਸ਼ੱਕ ਵੈਸੇ ਤਾਂ ਕੰਮ ਆਪਣਾ ਜਿਹੜਾ ਉਹ ਪ੍ਰੋਮੋਸ਼ਨ ਕਰਨ ਦਾ ਹੀ ਆ ਭਾਵੇਂ ਕੋਈ ਸੇਲ ਪਰਚੇਜ ਵਾਲਾ ਪਸ਼ੂ ਹੈ ਵਿਕਰੀ ਵਾਲੇ ਪਸ਼ੂ ਆਪਾਂ ਉਹ ਵੀ ਦਿਖਾਉਨੇ ਆ ਕੋਈ ਫੀਡ ਦੀ ਐਡ ਕਰਨੀ ਉਹ ਵੀ ਕਰਦੇ ਆ ਪਰ ਇਹ ਪ੍ਰੋਡਕਟ ਦੀ ਐਡ ਇੱਕ ਵੱਖਰੇ ਢੰਗ ਨਾਲ ਕਰ ਰਹੇ ਆਂ ਅੱਜ ਤੋਂ 3-4 ਮਹੀਨੇ ਪਹਿਲਾਂ ਮੈਨੂੰ ਇੱਕ ਕੰਪਨੀ ਵੱਲੋਂ ਕਾਲ ਆਈ ਸੀ ਕੇਰਸ ਕੰਪਨੀ ਬਹੁਤੇ ਪਿੰਡਾਂ ਦੇ ਵਿੱਚ ਉਹਨੂੰ ਕੇਰਸ ਦੇ ਨਾਂ ਤੇ ਹੀ ਜਾਣਦੇ ਆ ਉਸ ਕੰਪਨੀ ਦੇ ਵਿੱਚੋਂ ਜਦੋਂ ਮੈਨੂੰ ਕਾਲ ਆਈ ਆ ਤਾਂ ਉਹਨਾਂ ਨੇ ਦੱਸਿਆ ਵੀ ਅਸੀਂ ਇੱਕ ਪ੍ਰੋਡਕਟ ਲਾਂਚ ਕੀਤਾ ਹੈ ਜਿਹੜਾ ਗੱਭਣ ਪਸ਼ੂਆਂ ਵਾਸਤੇ ਬੜਾ ਫਾਇਦੇਮੰਦ ਹੈ ਤੇ ਉਹਦੀ ਆਪਾਂ ਐਡ ਕਰਨੀ ਹੈ ਪਰ ਮੇਰਾ ਇੱਕ ਉਹਨਾਂ ਮੂਰੇ ਇੱਕ ਸ਼ਰਤ ਸੀ ਵੀ ਜੇ ਇਹਦੀ ਐਡ ਕਰਨੀ ਆ ਤਾਂ ਆਪਾਂ ਕਰੌਣਾ ਕਿਉਂਕਿ ਆਪਾਂ ਨੂੰ ਪਤਾ ਵੀ ਇਸ ਟਾਈਮ ਵੀ ਜਿਹੜਾ ਉਹ ਸੂਆ ਪੈ ਗਿਆ ਜਾਂ ਕੁਝ ਪਸ਼ੂ ਘਰਾਂ ਦੇ ਵਿੱਚ ਗੰਭਣ ਹੈ ਤਾਂ ਮੈਂ ਕਹਿਆ ਸੀ ਵੀ ਆਪਾਂ ਟ੍ਰਾਇਲ ਲਾਵਾਂਗੇ ਫਿਰ ਆਪਾਂ ਇਸ ਪ੍ਰੋਡਕਟ ਨੂੰ ਲੋਕਾਂ ਮੂਰੇ ਲਿਜਾਣਾ ਆਪਣੇ ਚੈਨਲ ਦੇ ਜ਼ਰੀਏ ਹਾਲਾਂਕਿ ਹਰੇਕ ਕੰਪਨੀ ਆਪਦਾ ਬਜਟ ਰੱਖਦੀ ਹੈ ਉਹਨਾਂ ਨੇ ਐਡ ਕਰਨੀ ਹੁੰਦੀ ਆ ਆਪਦੇ ਪ੍ਰੋਡਕਟ ਦੀ ਤਾਂ ਮੈਂ ਇਸ ਪ੍ਰੋਡਕਟ ਦਾ ਜਿਹੜਾ ਟ੍ਰਾਇਲ ਲਵਾਇਆ ਉਹ ਹਰੀ ਨੋ ਪਿੰਡ ਦੇ ਵਿੱਚ ਨਵਜੋਤ ਕੋਲ ਇਹ ਪ੍ਰੋਡਕਟ ਉਹਨਾਂ ਦੇ ਜ਼ਰੀਏ ਕੰਪਨੀ ਦੇ ਜ਼ਰੀਏ ਇੱਥੇ ਭਜਵਾਇਆ ਕਉਕੇ ਘਰੇ ਜਿਹੜਾ ਮੇਰੇ ਕੋਲ ਪਸ਼ੂ ਆ ਦੋ ਤਿੰਨ ਹੀ ਰੱਖੇ ਹੋਏ ਆ ਸਾਰੇ ਜਾਣਦੇ ਆ ਤੇ ਇੱਕ ਸਵੇਰ ਤੋਂ ਸ਼ਾਮ ਤੱਕ ਕੰਮ ਇੰਨਾ ਖੁੰਦਾ ਵੀ ਆਪਦੇ ਹੱਥੀਂ ਆਪਾਂ ਪ੍ਰੋਡਕਟ ਕੋਈ ਵੀ ਚੀਜ਼ ਜਿਹੜੀ ਆ ਪਸ਼ੂ ਨੂੰ ਪਾਉਣੀ ਉਹ ਕਰਦੇ ਨੇ ਪਾਤੀ ਨਾ ਪਾਤੀ ਉਹਦਾ ਪਤਾ ਨਹੀਂ ਹੁੰਦਾ ਆਪ ਹੱਥੀਂ ਚੀਜ਼ ਦੇਣੀ ਉਹਦਾ ਫਰਕ ਹੁੰਦਾ ਤਾਂ ਨਵਜੋਤ ਦੇ ਮੈਨੂੰ ਇਹ ਸੀਗਾ ਵੀ ਇਹ ਕਿਉਂਕਿ ਸ਼ੌਂਕ ਰੱਖਦਾ ਪਸ਼ੂ ਘਰੇ گاਵਾ ਵੀ ਰੱਖੀਆਂ ਸੀਗਾ ਬਾਕੀ 9-10 گاਵਾ ਸੀਗੀਆਂ ਜਿਹੜੀਆਂ ਆ ਸੀਜ਼ਨ ਚ ਸੋਣੀਆਂ ਸੀ ਜਿਹਦੇ ਚੋਂ ਤਿੰਨ ਕ ਅਸੀਂ ਸੇਲ ਵੀ ਕਰਤੀਆਂ ਤੁਸੀਂ ਵੀਡੀਓ ਦੇਖੀ ਹੋਊਗੀ ਰਿਜ਼ਲਟ ਕੀ ਆਏ ਕੀ ਫਾਇਦਾ ਹੋਇਆ ਉਹ ਤਾਂ ਆਪਾਂ ਨੂੰ ਨਵਜੋਤ ਜਿਆਦਾ ਵਧੀਆ ਦੱਸੂਗਾ ਪਰ ਇਹ ਪ੍ਰੋਡਕਟ ਜ਼ਰੂਰੀ ਕਿਉਂ ਹੈ ਇਹ ਗੱਲਾਂ ਬਾਤਾਂ ਵੈਸੇ ਨਵਜੋਤ ਨਾਲ ਵੀ ਹੋਣੀਆਂ ਪਰ ਮੈਨੂੰ ਇਹ ਲੱਗਦਾ ਵੀ ਜਦੋਂ ਕੋਈ ਪਸ਼ੂ ਡਰਾਈ ਹੋ ਜਾਂਦਾ ਨਾ ਜਦੋਂ ਦੁੱਧ ਉਹਨੂੰ ਛੱਡਦਾ ਅਗਲੇ ਸੂਏ 'ਚ ਜੇ ਦੁੱਧ ਲੈਣਾ ਤਾਂ 2 ਮਹੀਨੇ ਉਹਦੀ ਸੇਵਾ ਫੁੱਲ ਕਰਨੀ ਚਾਹੀਦੀ ਹੈ ਕਿਉਂਕਿ ਉਹ 2 ਮਹੀਨਿਆਂ ਦਾ ਟਾਈਮ ਸਾਡੇ ਕੋਲ ਹੁੰਦਾ ਵੀ ਜਦੋਂ ਅਸੀਂ ਪਸ਼ੂ ਦੀ ਸਿਹਤ ਨੂੰ ਰਿਕਵਰ ਕਰ ਲੈਨੇ ਆ ਨਹੀਂ ਤਾਂ ਪਸ਼ੂ ਜਦੋਂ ਪੀਕ ਲੈਵਲ ਫੜ ਲੈਂਦਾ ਦੁੱਧ ਤੇ ਆ ਜਾਂਦਾ ਫਿਰ ਕਿੰਨੀ ਸੇਵਾ ਕਰ ਲੋ ਉਹਦੀ ਸਿਹਤ ਰਿਕਵਰ ਨਹੀਂ ਹੁੰਦੀ ਹੁੰਦੀ ਕਿਉਂਕਿ ਉਹ ਦੁੱਧ ਪੈਦਾ ਕਰੀ ਜਾਂਦਾ ਤਾਂ ਗਾਵਾਂ ਦੇ ਮਾਮਲੇ ਤਾਂ ਖਾਸ ਕਰਕੇ ਆ ਵੀ ਅਸੀਂ ਡਰਾਈ ਆਪ ਦੇ ਹੱਥੀਂ ਕਰਨਾ ਉਦੋਂ ਬਾਅਦ ਚ 2 ਮਹੀਨੇ ਚੰਗਾ ਸੰਭਲੋ ਚੰਗਾ ਸੂਆ ਪਾ ਗਿਆ ਫਿਰ ਸਾਰਾ ਸਾਲ ਤੁਸੀਂ ਦੁੱਧ ਫੇਰ ਬਹੁਤ ਵਧੀਆ ਲਈ ਜਾਂਦੇ ਹੋ ਸੋ ਅੱਜ ਤੁਹਾਨੂੰ ਕੇਰਸ ਕੰਪਨੀ ਦਾ ਇੱਕ ਪ੍ਰੋਡਕਟ ਦਿਖਾਉਣ ਲੱਗੇ ਆ ਉਹਦੇ ਕੀ ਫਾਇਦੇ ਹੋਏ ਰਿਜ਼ਲਟ ਕੱਲੇ ਬੋਲ ਕੇ ਨਹੀਂ ਦੱਸਾਂਗੇ ਤੁਹਾਨੂੰ ਕੋਸ਼ਕ ਰਿਜ਼ਲਟ ਦਿਖਾਵਾਂਗੇ ਜਿਵੇਂ ਇਹ ਵਾਇਰਡ ਜਿਹੜੀ ਬੈਕ ਸਾਈਡ ਦੇ ਉੱਤੇ ਖੜੀ ਹੈ ਇਹ ਛੋਟੀ ਜੀ ਵਾਇਰਡ ਹੈ ਇਦੇ ਬਾਰੇ ਨਵਜੋਤ ਜ਼ਿਆਦਾ ਦੱਸੂਗਾ ਵੀ ਇਹ ਕਿੰਨਾ ਇੱਕ ਦੁੱਧ ਦੇ ਰਹੀ ਐ ਤੇ ਕਿਵੇਂ ਇਹਨੇ ਇੰਨਾ ਸੋਹਣਾ ਹਵਾਨਾ ਬਣਾਇਆ ਜਾਂ ਕਿਵੇਂ ਇਹ ਵਧੀਆ ਦੁੱਧ ਤੇ ਆਈ ਉਹਦੇ ਬਾਰੇ ਜਾਣਕਾਰੀ ਆਪਾਂ ਲਵਾਂਗੇ ਲਾਸਟ ਤੱਕ ਵੀਡੀਓ ਦੇਖਿਓ ਆਓ ਜਾਣਕਾਰੀ ਆਪਾਂ ਨਵਜੋਤ ਤੋਂ ਇਨ੍ਹਾਂ گاਵਾਂ ਬਾਰੇ ਜਾਂ ਉਸ ਪ੍ਰੋਡਕਟ ਬਾਰੇ ਲੈਨੇ ਜਿਹੜਾ ਨਵਜੋਤ ਨੇ ਆਪਦੇ ਹੱਥੀਂ ਆਪਦੇ ਪਸ਼ੂਆਂ ਨੂੰ ਪੋਆਇਆ ਪਲਾਇਆ ਨਵਜੋਤ ਪੈਸਾ ਸਿਕਾ ਹਸੀ ਗਾਲ ਜੀ ਨਵਜੋਤ ਅੱਜ ਉਹ ਦਿਨ ਐ ਵੀ ਜਦੋਂ ਆਪਾਂ ਇੱਕ ਪ੍ਰੋਡਕਟ ਦੀ ਐਡ ਕਰ ਰਹੇ ਆਂ ਹਾਂਜੀ ਪਰ ਇਹ ਤੂੰ ਬੈਕ ਚ ਆਪਾਂ ਜਾਣਦੇ ਆ ਜਦੋਂ ਮੈਨੂੰ ਕਾਲ ਆਈ ਸੀ ਵੀ ਅਸੀਂ ਇੱਕ ਪ੍ਰੋਡਕਟ ਲਾਂਚ ਕੀਤਾ ਹੈ ਕੈਰਸ ਕੰਪਨੀ ਵੱਲੋਂ ਤੇ ਉਹਦਾ ਆਪਾਂ ਟ੍ਰਾਇਲ ਲਾਉਣਾ ਉਹ ਕਿਹੜੇ ਮਹੀਨੇ ਦੀ ਗੱਲ ਉਹ ਅੰਦਾਜ਼ਾ ਜਾ ਕੋਈ ਮੇਰੇ ਸਾਨੂੰ ਅਗਸਤ ਮਹੀਨੇ ਦੀ ਸੀਗੀ ਜਦੋਂ ਆਪਣਾ ਇਹ ਸੂਆ ਸ਼ੁਰੂ ਹੋਣਾ ਸੀ ਸੂਆ ਆਪਣਾ 9ਵੇਂ ਮਹੀਨੇ ਸ਼ੁਰੂ ਹੁੰਦਾ ਉਹ 8ਵੇਂ ਮਹੀਨੇ ਕਾਲ ਆਈ ਸੀ ਆਪਣਾ 8ਵੇਂ ਮਹੀਨੇ ਚ ਕਾਲ ਆਈ ਸੀ ਹਾਂਜੀ ਅੱਛਾ ਆਪਣੇ ਕੋਲ ਇਸ ਸਾਲ ਦੇ ਵਿੱਚ ਕਿੰਨੀਆਂ ਗਾਵਾਂ ਜਿਹੜੀਆਂ ਸੂਈਆਂ ਇਹ ਤੋਂ ਪਹਿਲਾਂ ਜਿਹੜੀਆਂ ਸੂਪੀਆਂ ਹੋਣ ਟੋਟਲ ਆਪਣੀਆਂ ਦਾ ਮਿਲਕਿੰਗ ਤੇ 9 ਪਸ਼ੂ ਆਣੇ ਸੀਗਾ ਠੀਕ ਹੈ ਸੱਤ ਆਪਣੀਆਂ ਸੂਪੀਆਂ ਦੋ ਰਹਿ ਗੀਆਂ ਆਪਣੇ ਦਾ ਦੋ ਰਹਿ ਗੀਆਂ ਹਾਂਜੀ ਅੱਛਾ ਜਿਹੜੀਆਂ ਸੱਤ ਸੂਈਆਂ ਇਹਨਾਂ ਚੋਂ ਆਪਾਂ ਕੁਝ ਪਸ਼ੂ ਐਦ ਕੀ ਸੇਲ ਵੀ ਕੀਤੇ ਆ ਬੇੜਾ ਸੇਲ ਕੀਤੀਆਂ ਆਪਾਂ 4 ਨਵੀਆਂ ਵੇੜਾਂ ਫਿਰ ਕਿੰਨੀਆਂ ਐਡ ਹੋ ਰਹੀਆਂ ਨਵੀਆਂ 3 ਐਡ ਹੋਊਗਾ ਆਪਣੇ ਕੋਲ 3 ਐਡ ਹੋਊਗਾ ਤੇ 4 ਆਪਾਂ ਵੱਡੀਆਂ ਗਾਵਾਂ ਵਿੱਚੋਂ ਉਹਨਾਂ ਚੋਂ ਸੇਲ ਕਰ ਸੇਲ ਕਰਦਿਆਂ ਠੀਕ ਹੈ ਅੱਛਾ ਇਹ ਜਿਹੜਾ ਪ੍ਰੋਡਕਟ ਆ ਆਪਾਂ ਵਿਖਾ ਵੀ ਦਿੰਨੇ ਆ ਕਲੋਜੀ ਮਸਟ ਮੇਰੇ ਖਿਆਲ ਚ ਇਹਦਾ ਨਾਮ ਹਾਂਜੀ ਆ ਦੋਸੋ ਇੱਕ ਪ੍ਰੋਡਕਟ ਤੁਸੀਂ ਦੇਖ ਲਓ ਜਿਹੜਾ ਇਸ ਟਾਈਮ ਸਾਹਮਣੇ ਪਿਆ ਕਲੋਜੀ ਮਾਸਟੇ ਦਾ ਨਾਮ ਹੈ ਤੇ ਕੇਰਸ ਕੰਪਨੀ ਵੱਲੋਂ ਆਉਂਦਾ ਮੈਂ ਜਿਵੇਂ ਪਹਿਲਾਂ ਦੱਸਿਆ ਪਿੰਡਾਂ 'ਚ ਬਹੁਤੇ ਵੀਰ ਕੇਰਸੀ ਜਾਣਦੇ ਆ ਪਰ ਕੇਰਸ ਕੰਪਨੀ ਦਾ ਨਾਮ ਹੈ ਜਿਹਦੇ ਵੱਲੋਂ ਇਹ ਪ੍ਰੋਡਕਟ ਤਿਆਰ ਕੀਤਾ ਗਿਆ ਇਹ ਪ੍ਰੋਡਕਟ ਬਾਰੇ ਥੋੜਾ ਦੱਸਣਾ ਹੈ ਕਿ ਇਹ ਕਿੰਨਾ ਟਾਈਮ ਪੈਂਦਾ ਤੂੰ ਇਹਨੂੰ ਵਰਤਿਆ ਹੈ ਪ੍ਰੋਡਕਟ ਨੂੰ ਤੈਨੂੰ ਕੰਪਨੀ ਨੇ ਸੁਜੈਸ਼ਨ ਵੀ ਦਿੱਤੀ ਹੋਈ ਇਹਨੂੰ ਇਹਦਾ ਇਹਨੂੰ ਯੂਜ਼ ਕਿਵੇਂ ਕਰਨਾ ਇਹਦਾ ਜਿਹੜਾ ਥੈਲਾ ਹੈ ਇਹ 5 ਕਿਲੋ ਦਾ ਆਉਂਦਾ ਹੈਗਾ ਇਹ 200 ਗ੍ਰਾਮ ਦੀ ਡੋਜ਼ ਹੈ ਠੀਕ ਹੈ ਤੇ ਯਾਨੀ ਕਿ 25 ਦਿਨ ਪਹਿਲਾਂ ਆਪਾਂ ਸੂਣ ਤੋਂ ਪਹਿਲਾਂ ਸ਼ੁਰੂ ਕਰਨਾ ਇਹ ट्रांजिशन ਪੀਰੀਅਡ ਦਾ ਹੀ ਹੈ ਇਹ ਫਿਰ ट्रांजिशन ਪੀਰੀਅਡ ਦਾ ਉਹ ਵੀ ਮਤਲਬ ਸਿਰਫ 25 ਦਿਨ ਪਹਿਲਾਂ ਪਾਉਣਾ ਜਿੱਦੇ ਪਸ਼ੂ ਸੂਪਿਆ 22ਵੇਂ ਦਿਨ ਸੂਪੇ 25ਵੇਂ ਦਿਨ ਸੂਪੇ 20ਵੇਂ ਦਾ ਉਹਦੇ ਆਪਾਂ ਬੰਦ ਕਰ ਦੇਣਾ ਉਹਦੇ ਬੰਦ ਕਰ ਦੇਣਾ ਬਿਲਕੁਲ 200 ਗ੍ਰਾਮ ਡੋਜ ਹੈ ਇਹਦੀ ਰੋਜ਼ ਦੀ ਠੀਕ ਹੈ 200 ਗ੍ਰਾਮ ਡੇਲੀ ਦੀ ਡੋਜ ਹੈ ਤੇ ਭਾਵੇਂ ਤੁਸੀਂ 100 ਸਵੇਰ 100 ਸ਼ਾਮ ਨੂੰ ਪਾ ਦਿਓ ਅੱਛਾ ਨਵਜੋਤ ट्रांजिशन ਪੀਰੀਅਡ ਜਿਹੜਾ ਆਮ ਤੌਰ ਤੇ ਦੱਸੋ ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ ਵੀ ट्रांजिशन ਪੀਰੀਅਡ ਉਹ ਹੁੰ ਇੱਕ ਸਥਿਤੀ ਤੋਂ ਦੂਜੀ ਸਥਿਤੀ 'ਚ ਜਾਂਦਾ ਮਤਲਬ ਡرائی ਤੋਂ ਦੁੱਧ ਲਾਉਣਾ ਸ਼ੁਰੂ ਕਰ ਦਿੰਦਾ 25 ਦਿਨ ਨੂੰ ਆਪਾਂ ਮੰਨ ਕੇ ਚੱਲਦੇ ਆਂ ਵੈਸੇ 20 ਤੋਂ 20 ਦਿਨ ਹੁੰਦੇ ਆ ਇਹ ਪਰ ਆਪਾਂ 25 ਦਿਨ ਮੰਨ ਕੇ ਚੱਲਦੇ ਆਂ ਨਵਜੋਤ 200 ਗ੍ਰਾਮ ਡੋਜ ਬਹੁਤ ਥੋੜੀ ਐ ਇਹ ਫਿਰ ਖਵਾਉਂਦਾ ਕਿਵੇਂ ਸੀ ਪਸ਼ੂ ਨੂੰ ਇਹਨੂੰ ਆਪਾਂ ਟਾਪ ਡਰੈਸਿੰਗ ਕਰ ਦਿੰਦੇ ਪੱਠੇ ਜਦੋਂ ਪਾਉਨੇ ਆ ਫੀਡ ਫੂਡ ਵਗੈਰਾ ਪਾਉਨੇ ਆ ਉਹਦੇ ਉੱਤੇ ਹੀ ਮੈਂ ਤਾਂ ਪਾ ਦਿੰਦਾ ਸੀਗਾ ਆਪਣੇ ਪਸ਼ੂ ਕਿਉਂਕਿ ਮਿਨਰਲ ਰੈਗੂਲਰ ਚੱਲਦਾਗਾ ਠੀਕ ਐ ਤੇ ਆਪਣੇ ਪਸ਼ੂ ਨੂੰ ਕੋਈ ਖਾਣ 'ਚ ਦਿੱਕਤ ਵੈਸੇ ਕੋਈ ਨਹੀਂ ਆਈਗੀ ਪਸ਼ੂ ਉੱਤੇ ਕੋਈ ਵੀ ਵਿਟਾਮਿਨ ਵਗੈਰਾ ਆਪਾਂ ਵਰਤਦੇ ਆਂ मिनਰਲ ਮਿਕਸਚਰ ਵਰਤਦੇ ਆਂ ਉਹ ਫਿਰ ਉਸ ਟਾਈਮ ਤੇ ਬੰਦ ਕਰਦੇ ਸੀ ਉਹ ਬੰਦ ਕਰਦੇ ਸੀ ਸਾਰੇ ਜੀ ਉਦੋਂ ਕੱਲਾ ਇਹੀ ਚੱਲਦਾ ਕੱਲਾ ਇਹੀ ਚੱਲਦਾ ਏ ਅੱਛਾ ਟਰਾਂਜੀਸ਼ਨ ਟਾਈਮ ਧਿਆਨ ਚਾਉਂਦਾ ਤਾਂ ਉਦੋਂ ਫਿਰ ਟਰਾਂਜੀਸ਼ਨ ਫੀਡ ਨਹੀਂ ਯੂਜ਼ ਕੀਤੀ ਆਪਾਂ ਨਹੀਂ ਆਪਾਂ ਜਿਹੜੀ ਨਾਰਮਲ ਡਰਾਈ ਫੀਡ ਆਉਂਦੀ ਹੈਗੀ ਆ ਕਲੋਜ਼ ਅਪ ਦੇ ਨਾਂ ਤੇ ਜਾ ਕੋਈ ਵੀ ਕੰਪਨੀ ਦਾ ਡੋਡੀ ਜਾਂਦਾਗਾ ਆਪਾਂ ਉਹ ਹੀ ਵਰਤੀ ਸੀ ਜੀ ਟਰਾਂਜੀਸ਼ਨ ਫੀਡ ਆਪਾਂ ਵਰਤੀ ਨਹੀਂ ਕਿਉਂਕਿ ਉਹਦੀ ਜਗ੍ਹਾ ਤੇ ਫਿਰ मिनਰਲ ਹੀ ਪੂਰੇ ਕਰਨੇ ਉਹ ਆਪਾਂ ਇਹ ਦਿੱਤਾ ਸੀ ਜਿਹੜੀਆਂ ਵੈਸੇ ਡਰਾਈ ਫੀਡ ਆਉਂਦੀਆਂ ਸਿੰਪਲ ਡਰਾਈ ਤੇ ਨਾਲੇ ਪ੍ਰੋਡਕਟ ਸ਼ੁਰੂ ਨਾਲੇ ਪ੍ਰੋਡਕਟ ਦੇ ਦਾ ਇਹ ਕੰਪਨੀ ਨੇ ਕਿਹਾ ਸੀਗਾ ਵੀ ਦੂਜੀ ਫੀਡ ट्रांजिशन ਫੀਡ ਤੋਂ ਬੰਦ ਕਰਦੇ ਹੋ ਕੰਪਨੀ ਰეკਮੈਂਡ ਕਰਦੀ ਹੈ ਵੀ ਆਪਾਂ ਜਿਹੜੀ ਦੂਸਰੀ ਫੀਡ ਨਹੀਂ ਪਾਉਣੀ ਕਿਉਂਕਿ ਜੇ ਆਪਾਂ ਨਾਲ ਇਹ ਪਾਉਣੇ ਨਾਲ ਫੀਡ ਪਾਉਣੇ 2200 ਦਾ ਬੈਗ ਫਿਰ ਤਾਂ ਫਾਰਮਰ ਦਾ ਖਰਚਾ ਵਧ ਗਿਆ ਠੀਕ ਹੈ ਤਾਂ ਮੇਨ ਮਕਸਦ ਤਾਂ ਆਪਣਾ ਪਸ਼ੂ ਦੀ ਨਿਊਟ੍ਰੀਸ਼ਨ ਵੈਲਿਊ ਪੂਰੀ ਕਰਨੀ ਹੈ ਉਹ ਇਹਨਾਂ ਨਾ ਪੂਰੀ ਹੋ ਜਾਂਦੀ ਹੈ ਜਿਹੜੀ ਡਾਈਟ ਦੇ ਵਿੱਚ ਆਪਾਂ ਫੀਡ ਜਿਹੜੀ ਸਸਤੀ ਨਾਲ ਦੇਈ ਜਾਂਦੇ ਆ ਆਪਣਾ ਕੰਮ ਚੱਲੇ ਜਾਂਦਾ ਕੋਈ ਵੀ ਫੀਡ ਜਿਹੜੀ ਆਪਾਂ ਡਰਾਈ ਫੀਡ ਵੈਸੇ ਨਾਰਮਲ ਫੀਡ ਆਉਂਦੀ ਹੈ ਉਹ ਦਿੰਨੇ ਆ ਤਾਂ ਉਹ ਨਾਲ ਦੇਈ ਗਏ ਤਾਂ ਨਾਲ ਲਈ ਗਏ ਅੱਛਾ ਇਹ ਦੀ ਜਿਹੜੀ ਜੇ ਆਪਾਂ ਮੰਨ ਲਓ ट्रांजिशन ਫੀਡ ਪਹਿਲਾਂ ਪਾਉਣੇ ਆ ਤਾਂ ਇਹਦਾ ਤੈਨੂੰ ਕੀ ਬੈਨੀਫਿਟ ਲੱਗਾ ਵੀ ਇਹ ਪਾਉਣਾ ਤੈਨੂੰ ਵਧੀਆ ਲੱਗਾ ਜਾਂ ਉਹ ਫੀਡ ਪਾਉਣੀ ਵਧੀਆ ਜਿਹੜੀ ट्रांजिशन ਫੀਡ ਪਾਉਣੇ ਆ ਤੇ ਤੇ ਉਹਦੇ ਫੀਡ ਨਾਲੋਂ ਆਪਾਂ ਨੂੰ ਇਹਦਾ ਪਾਉਣਾ ਜਿਆਦਾ ਵਧੀਆ ਲੱਗਿਆ ਕਿਉਂਕਿ ਜਿਹੜੀ ਫੀਡ ਹੈ ਉਹ ਕੋਈ ਐਨੀਮਲ ਦੀ ਹੁਣ ਕਪੈਸਿਟੀ 7 ਕਿਲੋ ਖਾਣ ਦੀ ਹੈ ਕਿਸੇ ਦੀ 4 ਕਿਲੋ ਖਾਣ ਦੀ ਹੈ ਤੇ ਜਦੋਂ ਨੇੜੇ ਪਸ਼ੂ ਚਲਾਇਆ ਜਾਂਦਾ ਹੈਗਾ ਉਦੋਂ ਕਈ ਪਸ਼ੂ 2 ਕਿਲੋ ਵੀ ਮਾਹ ਖਾਂਦੇ ਆ ਠੀਕ ਹੈ ਤੇ ਇਹਦਾ ਇਹ ਹੈਗਾ ਵੀ ਇਹ ਵੀ ਤੁਹਾਨੂੰ 200 ਗ੍ਰਾਮ ਆਪਾਂ ਪਾ ਦੇ ਟਾਪ ਡਰੈਸਿੰਗ ਕਰ ਦੇਣੀ ਹੈ ਪਸ਼ੂ ਤੇ ਚਲੀ ਜਾਣੀ ਐਨੀ ਦਾ ਪਸ਼ੂ ਖਾ ਹੀ ਲੈਂਦਾ ਹੈਗਾ ਠੀਕ ਹੈ ਚਾਹੇ ਲਾਸਟ ਦਿਨ ਹੀ ਕਿਉਂ ਨਾ ਹੋਵੇ ਸੂਨ ਤੇ ਠੀਕ ਹੈ ਤੇ ਇਹਦੇ ਨਾਲ ਜਿਹੜੀ ਇਹ ਰਿਕੁਆਇਰਮੈਂਟ ਪਸ਼ੂ ਦੀ ਪੂਰੀ ਰਹਿੰਦੀ ਹੈ 200 ਗ੍ਰਾਮ ਨਾਲ ਵੀ ਲੋਡ ਪੂਰੀ ਹੋ ਗਈ ਹਾਂ 4 ਕਿਲੋ 6 ਕਿਲੋ ਫੀਡ ਪਸ਼ੂ ਨਾ ਵੀ ਖਾਵੇ ਤਾਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹੈਗੀ ਜਿੰਨੀ ਉਹਨੇ ਖਾਣੀ ਉਹ ਫੀਡ ਉਹ ਨਹੀਂ ਖਾਲੇ ਆਪਦੀ ਅੱਛੇ ਪਾਉਂਦਾ ਟਾਪ ਡਰੈਸਿੰਗ ਤੁਸੀਂ ਕਰਦੇ ਸੀ ਹਾਂਜੀ ਇਹਨੂੰ ਫੀਡ ਚ ਨਹੀਂ ਮਿਲਾਇਆ ਜਾ ਸਕਦਾ ਸੀ ਕੰਪਨੀ ਨਾਲ ਜਿਹੜੀ ਗੱਲ ਹੋਈ ਉਹਨਾਂ ਮੁਤਾਬਕ ਤੇ ਪਾਈ ਜਾ ਸਕਦੀ ਹੈ ਹੂੰ ਵੀ ਚਾਹੇ ਪੈਲਟ ਤੇ ਪਵਾ ਲਓ ਚਾਹੇ ਮੈਸ ਚ ਪਵਾ ਲਓ ਹੂੰ ਪਰ ਆਪਣੇ ਕੋਲੇ ਐਨੀਮਲ ਘਾਟਾ ਤਾਂ ਥੋੜੇ ਥੋੜੇ ਵੀ ਜਿਹੜੀ ਫੀਡ ਦੇ ਵਿੱਚ ਪਾਉਣ ਦੀ ਗੱਲ ਆ ਤਾਂ ਫਿਰ ਉਹੀ ਗੱਲ ਫੇਰ ਆ ਜਾਂਦੀ ਵੀ ਕਿਸੇ ਪਸ਼ੂ ਨੇ 7 ਕਿਲੋ ਖਾਣੀ ਕਿਸੇ ਕੋਲ ਨੇ 4 ਕਿਲੋ ਖਾਣੀ ਕੋਈ ਵਿੱਚ ਪਸ਼ੂ ਨੇ ਛੱਡਤੀ ਤਾਂ ਫਿਰ ਰਹਿ ਜਾਂਦਾ ਹੈ ਸਹੀ ਹੈ ਇਹ ਜਦੋਂ ਆਪਾਂ ਟਾਪ ਡਰੈਸਿੰਗ ਕਰਤੀ ਮਣ ਕੇ ਤੋਲ ਕੇ ਪਸ਼ੂ ਨੂੰ 200 ਗ੍ਰਾਮ ਇਹ ਖਾ ਹੀ ਲੈਣਾ ਐਨੀਮਲ ਨੇ ਸੱਤ ਵੜਾ ਇਹ ਤੋਂ ਪਹਿਲਾਂ ਸੂਆ ਪੈ ਗਿਆ ਸੱਤ ਗਾਵਾਂ ਸੂਪਣਾ ਸੱਤਾਂ ਦੇ ਵਿੱਚੋਂ ਕਿਸੇ ਦੀ ਕੋਈ ਜੇਰ ਫਸੀ ਹੋਵੇ ਜਾਂ ਕਿਸੇ ਦਾ ਦੀ ਸਮੱਸਿਆ ਨਹੀਂ ਨਹੀਂ ਕਿਸੇ ਦੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਵੀ ਆਪਣੇ ਸੱਤ ਪਸ਼ੂ ਸੂਏ ਆ ਹੂੰ ਚਾਰ ਆਪਾਂ ਸੇਲ ਕੀਤੇ ਆ ਗਿਆ ਹੂੰ ਜਿਹੜੇ ਪਸ਼ੂ ਆਪਾਂ ਸੇਲ ਕੀਤੇ ਆ ਹੂੰ ਵੀ ਆਪਾਂ ਨੂੰ ਉਹ ਫਾਰਮਰਾਂ ਨੇ ਵੀ ਫੀਡਬੈਕ ਦਿੱਤੀ ਬੈਕਅਪ ਕਾਲ ਆ ਕੇ ਵੀ ਪਸ਼ੂ ਬਹੁਤ ਵਧੀਆ ਨਿਕਲੇ ਬਹੁਤ ਵਧੀਆ ਦੁੱਧ ਤੇ ਗਏ ਆ ਤੇ ਕੋਈ ਪ੍ਰੋਬਲਮ ਨਹੀਂ ਆਈ ਉਹਨਾਂ ਦੇ ਘਰੇ ਜਾ ਕੇ ਵੀ ਮਤਲਬ ਕੋਈ ਸਮੱਸਿਆ ਨਹੀਂ ਆਈ ਅੱਛਾ ਇਹ ਕਦੇ ਕੋਈ ਦੱਸਦਾ ਨਹੀਂ ਪਰ ਪਹਿਲੀ ਵਾਰੀ ਫਾਰਮਰਾਂ ਦੀ ਬੈਕ ਆ ਲਈ ਆਪਾਂ ਨੂੰ ਵੀ ਵਧੀਆ ਪਸ਼ੂ ਅਗਲਾ ਕਹਿੰਦਾ ਵੀ ਦਿੱਤਾ ਤੁਸੀਂ ਇੱਕ ਨਵਜੋਤ ਹੋਰ ਗੱਲ ਜਿਹੜੀ ਇੱਥੇ ਐਡ ਕਰਨੀ ਬੰਦੀ ਆ ਵੀ ਜਿਹੜਾ ਪਸ਼ੂ ਜੋ ਸੂ ਪੈਂਦਾ ਜੇ ਅਸੀਂ ਪਹਿਲੇ 25 ਦਿਨ ਸੂਣ ਤੋਂ ਪਹਿਲਾਂ 25 ਦਿਨ ਨਹੀਂ ਸੰਭਾਲਦੇ ਤੇ ਇੱਕ ਸਮੱਸਿਆ ਹੋਰ ਆਉਂਦੀ ਹੈ ਮਿਲਕ ਫੀਵਰ ਵੀ ਪਸ਼ੂ ਮੰਦੇ ਆ ਬਿਲਕੁਲ ਚੰਗੇ ਦੁੱਧ ਵਾਲੀਆਂ ਗਾਵਾਂ ਦੇ ਵਿੱਚ ਆਮ ਸਮੱਸਿਆ ਆ ਜਾਂਦੀ ਜੇ ਨਹੀਂ ਸਿਹਤ ਸੰਭਾਲ ਉਹਨਾਂ ਦੀ ਆਪਾਂ ਕਰਦੇ ਸੱਤਾਂ ਦੇ ਵਿੱਚੋਂ ਕਿਸੇ ਨੂੰ ਕੋਈ ਮਿਲਕ ਫੀਵਰ ਨਾਂ ਦੀ ਬਿਮਾਰੀ ਜਿਹੜੀ ਹੈਗੀ ਉਹ ਜਿਹੜੇ ਪਸ਼ੂ ਆਪਣੇ ਮਤਲਬ ਸੂਏ ਆ ਜੀ ਮਿਲਕ ਫੀਵਰ ਦੇ ਵਿੱਚ ਇਹ ਪਸ਼ੂ ਦੀ ਮਤਲਬ એનર્ਜੀ ਡਾਊਨ ਹੋ ਜਾਂਦੀ ਹੈ ਤੇ ਜਿੰਨੇ ਪਸ਼ੂ ਉਹਦੇ ਵਿੱਚੋਂ ਤਿੰਨ ਗਾਵਾਂ ਤਾਂ ਆਪਣੇ ਘਰੇ ਹੀ ਸੂਂਗਾਗੇ ਆਪਾਂ ਦਿੱਤੇਗਾ ਜਿਹੜੇ ਉਹਨਾਂ ਘਰੇ ਮਿਲਕਿੰਗ ਕਰਵਾਈ ਉਹਨਾਂ ਦੀ ਉਸ ਤੋਂ ਬਾਅਦ ਵੀ ਜਦੋਂ ਆਪਾਂ ਉਹਨਾਂ ਨੂੰ ਚੜਾਉਂਦੇ ਸੀਗੇ ਜਾਂ ਜਦੋਂ ਜਾਂਦੇ ਸੀ ਪਸ਼ੂ ਤਾਂ ਲੈਣ ਵਾਲਾ ਵੀ ਹੈਰਾਨ ਸੀਗਾ ਵੀ ਪਸ਼ੂ ਦੀ એનર્ਜੀ ਬਿਲਕੁਲ ਹੀ ਨਹੀਂ ਲੋ ਹੋਈ ਸੀ ਇੱਕੋ ਛਲਾਂਗ ਦੇ ਵਿੱਚ ਗੱਡੀ ਚੜ੍ਹਦੇ ਸੀ ਸੂਆਵਾ ਪਸ਼ੂ ਇੰਨਾ ਐਕਟਿਵ ਹੁੰਦਾ ਨਹੀਂ ਵੇਹੇ ਇਹ ਮੈਨੂੰ ਲੱਗਾ ਵੀ ਪ੍ਰੋਡਕਟ ਦਾ ਹੀ ਰਿਜ਼ ਜੀ ਪਸ਼ੂ ਸੁਣ ਤੋਂ ਬਾਅਦ ਵੀ ਪਤਾ ਨਹੀਂ ਲੱਗ ਰਿਹਾ ਸੀ ਵੀ ਸੂਆ ਇੰਨਾ ਐਕਟਿਵ ਸੀਗਾ ਪਸ਼ੂ ਠੀਕ ਹੈ ਮੈਨੂੰ ਲੱਗਦਾ ਵੀ ਬੜੀ ਦੂਰ ਦੀ ਗੱਲ ਆ ਮਤਲਬ ਇਦਾਂ ਦੀ ਕੋਈ ਸਮੱਸਿਆ ਨਹੀਂ ਆਈ ਬਿਲਕੁਲ ਵੀ ਨਹੀਂ ਅੱਛਾ ਚਮਕ ਵਗੈਰਾ ਪਸ਼ੂਆਂ ਦੀ ਜਿਹੜਾ ਉਹ ਤਾਂ ਜਦੋਂ ਆਪਾਂ ਸਟਾਰਟ ਕਰਦੇ ਆਂ ਜੀ ਵੈਸੀ ਹੀ ਪਤਾ ਲੱਗ ਗਿਆ ਸਾਰੇ ਪਸ਼ੂਆਂ ਦੇ ਉੱਤੇ ਸ਼ਾਈਨ ਆ ਜਿਹੜੀ ਅੱਗੇ ਨਾਲ ਨਾਰਮਲ ਨਾਲ ਪੂਰੀ ਵੱਜ ਜਾਂਦੀ ਹੈ ਠੀਕ ਹੈ ਤੇ ਪਤਾ ਲੱਗਦਾ ਵੀ ਪਸ਼ੂ ਨੂੰ ਕੋਈ ਚੀਜ਼ ਆ ਰਹੀ ਹੈ ਅੱਛਾ ਹੁਣ ਕਈ ਵਾਰ ਆ ਹੁੰਦਾ ਵੀ ਜਦੋਂ ਕੋਈ ਵੀਰ ਹਰੇਕ ਦੀ ਆਪਦੀ ਆਪਦੀ ਥਿੰਕਿੰਗ ਆ ਕਈ ਵਾਰ ਆ ਇਹ ਲੱਗਣਾ ਵੀ ਅਰਸ਼ਾਤ ਕੱਲੀ ਪੇ ਆਪਣੇ ਕੋਲ ਇੱਕ ਵੈਡ ਸੂਈ ਹੈ ਇਹ ਹਾਂਜੀ ਇਹ ਕਨਮਾ ਸੂਆ ਸੂਈ ਹੈ ਇਹ ਪਹਿਲਾ ਸੂਆ ਸੂਈ ਹੈ ਜੀ ਇਹ ਆਪਾਂ 14000 ਦੀ ਲੈ ਕੇ ਆਏ ਸੀਗੇ ਇਹ 5 ਗ੍ਰਾਂ ਹੀ ਪਿੰਡ ਤੋਂ ਖਰੀਦ 5 ਗ੍ਰਾਂ ਹੀ ਪਿੰਡ ਤੋਂ ਲਈ ਸੀਗੀ 1 ਸਾਲ ਦੀ ਸੀ 14000 ਦੀ ਲਈ ਸੀਗੀ ਤੇ ਐਤਕੀ ਇਹ ਸੀਗਾ ਵੀ ਇਹਨੂੰ ਆਪਾਂ ਸੇਲ ਕਰ ਦਾਂਗੇ ਠੀਕ ਹੈ ਪਰ ਜਦੋਂ ਇਹਨੂੰ ਆਪਾਂ ਪ੍ਰੋਡਕਟ ਯੂਜ਼ ਕਰਦੇ ਇੰਨੀ ਸੋਹਣੀ ਤਿਆਰ ਹੋਈ ਫਿਰ ਮਨ ਬਦਲ ਗਿਆ ਵੀ ਰਹਿਣ ਦੋ ਵੇਚਨ ਨੂੰ ਉਹ ਆਪਾਂ ਤਿਆਰੀ ਵਾਲੀ ਵੀਡੀਓ ਸ਼ਾਇਦ ਤੇਰੀ ਮੇਰੇ ਕੋਲ ਭੇਜੀ ਵੀ ਆ ਉਹ ਨਾਲ ਆਪਾਂ ਐਡ ਕਰ ਦਾਂਗੇ ਉਹ ਐਡ ਤੁਸੀਂ ਕਰਦੇ ਜੀ ਇਹਨੂੰ ਕਿੰਨਾ ਚਿਰ ਹੋ ਗਿਆ ਹੁਣ ਸੂਈ ਨੂੰ ਨਵਜੋਦ ਇਹਨੂੰ ਮੇਰੇ ਹਿਸ 25 ਦਿਨ ਹੋ ਗਿਆ ਹੋਇਆ ਤਦਮਹਾ ਠੀਕ ਹੈ ਅੱਛਾ ਇਸ ਟਾਈਮ ਕਿੰਨੇ ਦੁੱਧ ਤੇ ਚੱਲਦੀ ਇਹ 28 27 28 ਲੀਟਰ ਦੁੱਧ ਤੇ ਚੱਲ ਰਹੀ ਹੈ ਇਸ ਟਾਈਮ 27 28 ਲੀਟਰ ਦੁੱਧ ਹਾਂਜੀ ਦੋਸਤੋ ਜਿਹੜਾ ਟਾਈਮ ਹੈ ਇਸ ਟਾਈਮ ਵੀਡੀਓ ਬਣਾਉਂਦਾ ਨਾ ਉਹ ਲਗਭਗ 12:30 ਦੇ ਆਸ-ਪਾਸ ਹੋ ਤੁਸੀਂ ਪਰਛਾਵੇਂ ਤੋਂ ਅੰਦਾਜ਼ਾ ਲਾ ਲਓ ਜੇ ਨਵਜੋਤ ਦਾ ਪਰਛਾਵਾ ਕਿਹੜੀ ਸਾਈਡ ਨੂੰ ਜਾਂਦਾ ਹੈ ਕਿਉਂਕਿ ਸੂਰਜ ਜਿਹੜਾ ਹਜੇ ਬਿਲਕੁਲ ਸੈਂਟਰ ਜੇਚ ਹੁਣ ਇਸ ਟਾਈਮ ਦਿਸ ਰਿਹਾ ਹੈ 12:30 ਦਾ ਟਾਈਮ ਹੈ ਤੁਸੀਂ ਹੁਣ ਬਣਾਵਟ ਦੇਖੋ ਆਰਡਰ ਦੀ ਬڑا ਸੋਹਣਾ ਵਾਇਡ ਨੇ ਹਵਾਨਾ ਜਿਹੜਾ ਉਹ ਪਰਣਾ ਸ਼ੁਰੂ ਕਰਤਾ ਸ਼ਾਮ ਨੂੰ ਅਜੇ ਮਿਲਕਿੰਗ ਹੋਣੀ ਹੈ ਹਾਲਾਂਕਿ ਆਰਡਰ ਦੀ ਬਣਾਵਟੇ ਦਾ ਇੱਕ ਬਰੀਡ ਦਾ ਗੋਣ ਜਾਂ ਇਹਦੇ ਜਿਹੜੇ ਇਹਦੀ ਮਾਂ ਵਾਲੇ ਪਾਸੋਂ ਦਿੱਤੇ ਵੇ ਕਰੈਕਟਰ ਹੈ ਪਰ ਪ੍ਰੋਡਕਟ ਦਾ ਫਾਇਦਾ ਇਹ ਹੋ ਗਿਆ ਉਹ ਬਾਈ ਕਹਿੰਦਾ 27 28 ਕਿਲੋ 27 28 ਦੱਸਿਆ ਹਾਂਜੀ ਇਸ ਟਾਈਮ ਆ ਬਾਕੀ ਅਜੇ ਪੈਰ ਬਣਾਏ ਨੂੰ 4 ਦਿਨ ਹੀ ਹੋਏ ਅਜੇ ਇਹਨੇ ਦੁੱਧ ਫੜਨਾ ਪੀਕ ਫੜਨੀ ਵਾਲੇ ਨੇ ਠੀਕ ਹੈ ਹੋਰ ਜਾਨੀ ਅੱਗੇ ਰਿਜ਼ਲਟ ਇਹ ਤੋਂ ਆਉਂਦੀ ਆ ਉਹ ਮੈਨੂੰ ਮੀਂਹ ਆ ਵੀ 30 ਤੋਂ ਬਾਹਰ ਚਲੀ ਜਾਊਗੀ 30 ਤੋਂ ਬਾਹਰ अच्छा वैसे तो चलो ये दूध देना पशु दी आप दी ब्रीड दे गुण है या ओदे जद्द दे गुण है वे ओदे मां-ਪਿਓ ਵਾਲੇ ਪਾਸੋਂ ਕਿਹੜੇ ਗੁਣ ਆਏ ਹੋਏ ਪਰ ਪ੍ਰੋਡਕਟ ਨਾਲ ਇਹ ਲੱਗਦਾ ਵੀ ਪ੍ਰੋਪਰ ਲੋਡ ਉਹਦੀ ਪੂਰੀ ਹੋਗੀ ਤਾਂ ਜੇ ਮੰਨ ਕੇ ਚਲੋ ਪਸ਼ੂ ਕਿੰਨੇ ਵੀ ਬਰੀਡ ਚ ਹੋਵੇ ਪਰ ਜੇ ਆਪਾਂ ਉਹਨੂੰ ਨਿਊਟ੍ਰੀਸ਼ਨ ਨਹੀਂ ਪੂਰੀ ਦੇ ਸਕੇ ਪਸ਼ੂ ਬਰੀਡ ਵੀ ਕੀ ਕਰੂਗੀ ਉਹਦੀ ਤੇ ਜੇ ਕਿਸੇ ਮਾੜੇ ਪਸ਼ੂ ਨੂੰ ਵੀ ਚੰਗੀ ਚੀਜ਼ ਦੇ ਦਿੰਦੇ ਆ ਤੂੰ ਆਪਦੀ ਕੈਪੈਸਿਟੀ ਚੋਂ ਬਾਹਰ ਜਾ ਕੇ ਦੁੱਧ ਦਿੰਦਾ ਸਹੀ ਹੈ ਜਿਵੇਂ ਆਪਣੀ ਇਹ ਗਾਂ ਵੀ ਆ ਹਜੇ ਇਹ ਤੇ 10 ਦਿਨ ਲੈਂਦੀ ਹੈ ਜੇ ਕੱਚੀ ਹੈ ਪਰ ਤੁਸੀਂ ਦੇਖੋ ਨਾ ਪ੍ਰੋਡਕਟ ਪੈ ਰਿਆ ਪੂਰੀ ਤਿਆਰ ਹੁੰਦੀ ਆਉਂਦੀ 10 ਦਿਨਾਂ ਤੀਕੇ ਨੇ ਪੂਰੇ ਬਣ ਜਾਣਾ ਸਹੀ ਹੈ ਸੋ ਦੋਸਤੋ ਇਸ ਗਾਂ ਨੂੰ ਇਸ ਟਾਈਮ ਇਹ ਪ੍ਰੋਡਕਟ ਜਿਹੜਾ ਉਹ ਚੱਲ ਰਿਹਾ ਹੈ ਕਿਉਂਕਿ ਇਹ ਗੱਬਣ ਹੈ ਹਜੇ 10 ਦਿਨ ਲੈਂਦੀ ਹੈ ਹਵਾਨਾ ਦੇਖ ਲਓ ਪਰ ਨਾ ਬਹੁਤ ਸੋਹਣਾ ਸ਼ੁਰੂ ਕਰਤਾ ਨਵਜੋ ਤੋਂ ਪ੍ਰੋਡਕਟ ਚੱਕ ਹੀ ਲਈ ਕਲੋਜੀ ਮਾਸਟਰ ਦੋਸਤੋ ਨਾਮ ਆ ਪ੍ਰੋਡਕਟ ਦਾ ਜਿਹੜਾ ਇਨ੍ਹਾਂ گاਵਾਂ ਨੂੰ ਚੱਲਿਆ ਇਹ ਤੋਂ ਇਲਾਵਾ ਵੀ ਵੈੜ ਜੇ ਆਪਾਂ ਦੇਖੀਏ ਤਾਂ ਇੱਕ ਹੋਰ ਵੈੜ ਅੰਦਰ ਜਿਹੜੀ ਉਹ ਤਿਆਰ ਹੋ ਰਹੀ ਹੈ ਗੱਬਣ ਪਸ਼ੂ ਜਿਹੜੇ ਜਿਵੇਂ ਪਹਿਲਾਂ ਦੱਸਿਆ ਵੀ 9 ਤੋਂ 10 ਪਸ਼ੂ ਐਦਕੀ ਸੋਨੇ ਸੀਗੇ ਜਿਨ੍ਹਾਂ ਦੇ ਵਿੱਚੋਂ ਸੱਤਾਂ ਦਾ ਸੁਹਾ ਪੈ ਗਿਆ ਚਮਕ ਵਗੈਰਾ ਤੁਸੀਂ ਇੰਨਾ ਵਹਿੜਾਂ ਦੇ ਉੱਤੇ ਦੇਖ ਸਕਦੇ ਹੋ ਇਹ ਪ੍ਰੋਡਕਟ ਹੈ ਜਿਹੜਾ 5 ਕਿਲੋ ਦੀ ਪੈਕਿੰਗ ਹੈ ਤੇ ਮੇਰੇ ਖਿਆਲ ਚ ਨਵਜੋਤ ਇਹ 5 ਕਿਲੋ ਕਿਉਂਕਿ 200 ਗ੍ਰਾਮ ਡੋਜ਼ ਹੈ 25 ਦਿਨ ਚੱਲਣੀ ਹੈ ਤਾਂ 5 ਕਿਲੋ ਹੀ ਬਹੁਤ ਹੈ ਤਾਂ ਇਹ 5 ਕਿਲੋ ਹੀ ਬਹੁਤ ਹੈ ਇੱਕ ਪੈਕਟ ਹੀ ਪੈਂਦਾਗਾ ਇੱਕ ਪੈਕਟ ਆਪਾਂ 20-22 ਦਿਨ ਮੰਨ ਕੇ ਪੁੱਛਦੇ ਪਹਿਲਾਂ ਸ਼ੁਰੂ ਕਰਨਾਗਾ ਪਸ਼ੂ ਦੋ ਤਿੰਨ ਦਿਨ ਉੱਪਰ ਵੀ ਲੈ ਜਾਂਦਾ ਘੱਟ ਵੀ ਲੈੰਦੋ ਉਸ ਹਿਸਾਬ ਨਾਲ 5 ਕਿਲੋ ਦੀ ਪੈਕਿੰਗ 2 ਵਧੀਆ ਰਿਜ਼ਲਟ ਆਇਆ ਆਪਾਂ ਨੂੰ ਪੂਰਾ ਵਧੀਆ ਰਿਜ਼ਲਟ ਆਪਾਂ ਸੈਟੀਸਫਾਈ ਆ ਤਾਂ ਹੀ ਉਦੋਂ ਬਾਅਦ ਵੀਡੀਓ ਆਪਾਂ ਬਣਵਾ ਰਹੇ ਆ ਸਹੀ ਹੈ ਅੱਛਾ ਇੱਕ ਗੱਲ ਹੋਰ ਦੱਸ ਦੀ ਨਜੋਤ ਜਿਹੜਾ ਪੀਕ ਲੈਵਲ ਪਸ਼ੂ ਫੜਦਾ ਹੈ ਹਾਂਜੀ ਕਿੱਦਾਂ ਸ਼ੁਰੂਆਤ ਰਹਿੰਦੀ ਹੈ ਮਤਲਬ ਬੌਲੇ ਤੋਂ ਸ਼ੁਰੂਆਤ ਕਿਵੇਂ ਹੋਈ ਕਿੰਨੇ ਕ ਦਿਨਾਂ ਚ ਪੀਕ ਲੈਵਲ ਤੇ ਆਉਣਾ ਇਹਦੇ ਵਿੱਚ ਆਪਣੇ ਇੱਕ ਜਿਹੜੀ ਇਹਦੀ ਚੀਜ਼ ਮੈਨੂੰ ਵਧੀਆ ਲੱਗੀ ਇਹਦੇ ਚ ਇਹ ਆ ਵੀ ਪਸ਼ੂ ਇੱਕੇ ਦਮ ਦੁੱਧ ਦੇਣੀ ਜਾਂਦਾ ਹੈਗਾ ਵੀ ਉਹਦੇ ਵਿੱਚ ਕੀ ਹੁੰਦਾ ਫਿਰ ਪਸ਼ੂ ਨੂੰ ਹੈਂਡਲ ਕਰਨਾ ਔਖਾ ਜਾਂਦਾ ਜੇ ਪਸ਼ੂ ਜ਼ਿਆਦਾ ਦੁੱਧ ਤੋਂ ਸ਼ੁਰੂ ਕਰਦਾ ਹੈਗਾ ਮਲਕ ਫੀਵਰ ਉਸੇ ਪਸ਼ੂ ਨੂੰ ਆਉਂਦਾ ਜਿਹੜਾ हो ਸਕਦਾ ਉਥੇ ਫਾਰਮਰ ਨੂੰ ਲੱਗੇ ਵੀ ਦੁੱਧ ਘੱਟ ਆ ਪਰ ਅੱਗੇ ਥੋੜੇ ਜਿਹੇ ਦਿਨਾਂ ਵਿੱਚ 10 ਦਿਨਾਂ ਦੇ ਵਿੱਚ ਵਿੱਚ ਹੀ ਲੱਗਦਾ ਪਸ਼ੂ ਪੂਰੀ ਮਤਲ ਸਪੀਡ ਫੜ ਲੈਂਦਾ ਦੁੱਧ ਦੀ ਠੀਕ ਹੈ ਤੇ ਆਪਣੇ ਜਿੰਨਾ ਕੁ ਮੈਨੂੰ ਲੱਗਦਾ ਵੀ 15 ਕਿ ਦਿਨਾਂ ਦੇ ਵਿੱਚ ਪਸ਼ੂ ਹੈ ਜਿਹੜੇ ਪੂਰੀ ਪੀਕ ਨੂੰ ਜਾ ਕੇ ਮਤਲ ਫੜ ਲੈਂਦੇ ਪੂਰੀ ਸਪੀਡ ਨਾ ਜਾਂਦੇ ਅੱਗੇ ਠੀਕ ਹੈ ਮਤਲਬ ਇੱਕ ਤਾਂ ਦੋਸਤੋ ਵੱਡਾ ਮੈਨੂੰ ਇਹ ਲੱਗਦਾ ਵੀ ਜਿਵੇਂ ਪਸ਼ੂ ਗੱਪਣ ਹੋ ਗਿਆ ਜਦੋਂ ਨੇੜ ਆਉਂਦਾ ਜਦੋਂ 5-4 ਦਿਨ ਉਹਦੇ ਰਹਿ ਜਾਂਦੇ ਆ ਸੂਨ ਚ ਉਦੋਂ ਤਾਂ ਆਪਦੀ ਬਿਲਕੁਲ ਹੀ ਡੋਜ ਘਟਾ ਜਾਂਦਾ ਕਿਉਂਕਿ ਉਦੋਂ ਅੰਦਰੋਂ ਉਹ ਖਾਣ ਦੀ ਸਥਿਤੀ 'ਚ ਹੀ ਨਹੀਂ ਹੁੰਦਾ ਵੀ ਉਹ 4 ਕਿਲੋ 5 ਕਿਲੋ ਜਾਂ 6 ਕਿਲੋ ਫੀਡ ਨੂੰ ਹਾজম ਕਰੇ ਤਾਂ ਇਹ ਇਹਦੀ ਡੋਜ਼ ਹੀ ਸਿਰਫ 200 ਗ੍ਰਾਮ ਹੈ ਤੁਸੀਂ ਇੱਕ ਪਸ਼ੂ ਤੇ ਦਾ ਘੱਟੋ ਘੱਟ ਜ਼ਰੂਰ ਟ੍ਰਾਇਲ ਲਾਇਓ ਬਾਕੀ ਕੱਲ ਹੋਰ ਦੱਸ ਦਿੰਨਾ ਵੀ ਇਹ ਪ੍ਰੋਡਕਟ ਇੰਟਰਨੈਸ਼ਨਲ ਹੀ ਹੈ ਫਲਿੱਪਕਾਰਡ ਤੇ ਐਮਾਜ਼ਨ ਦੋਨੇ ਸਾਈਟ ਦੇ ਉੱਤੇ ਤੁਸੀਂ ਸਰਚ ਕਰ ਸਕਦੇ ਹੋ ਤੁਹਾਨੂੰ ਆਫਲਾਈਨ ਤੇ ਆਨਲਾਈਨ ਮਤਲਬ ਜੇ ਤੁਸੀਂ ਆਨਲਾਈਨ ਮੰਗਾਉਣਾ ਚਾਹੁੰਦੇ ਆ ਤਾਂ ਐਮਾਜ਼ਨ ਫਲਿੱਪਕਾਰਡ ਤੋਂ ਸਰਚ ਕਰਕੇ ਉੱਥੋਂ ਵੀ ਆਰਡਰ ਪਾ ਸਕਦੇ ਹੋ ਆਫਲਾਈਨ ਜਿਹੜਾ ਹੈਲਪਲਾਈਨ ਨੰਬਰ ਕੰਪਨੀ ਦਾ ਦਿੱਤਾ ਹੋਇਆ ਹੈ ਇਹਦੇ ਤੇ ਤੁਸੀਂ ਕਾਲ ਕਰਨੀ ਹੈ ਤੇ ਤੁਹਾਡੇ ਕੋਲੇ ਪ੍ਰੋਡਕਟ ਪਹੁੰਚ ਜੂਗਾ ਜਾਂ ਤੁਹਾਨੂੰ ਸੁਜੈਸਟ ਕਰ ਦੇਣਗੇ ਵੀ ਤੁਸੀਂ ਖਰੀਦ ਕਿੱਥੋਂ ਸਕਦੇ ਹੋ ਸੋ ਇਹ ਦੇਖ ਸਕਦੇ ਹੋ ਤੁਸੀਂ ਇਹ ਇਕਲੋਜੀ ਮਾਸਟ ਕੈਰਸ ਕੰਪਨੀ ਕੈਰਸ ਕਹੋ ਜਾਂ ਕੈਰਸ ਕਹੋ ਦੋਸਤੋ ਜਿਹੜੇ ਤਰੀਕੇ ਨਾਲ ਤੁਹਾਨੂੰ ਨਾਮ ਲੈਣਾ ਸੌਖਾ ਲੱਗਦਾ ਇੱਕ ਬ੍ਰਾਂਡ ਹੈ ਪਸ਼ੂਆਂ ਵਾਲੀਆਂ ਦਵਾਈਆਂ ਦੇ ਵਿੱਚ ਜਾਂ ਇਦਾਂ ਜਿਹੜੇ ਫੀਡ ਸਪਲੀਮੈਂਟ ਉਹਨਾਂ ਵਾਸਤੇ ਇਕੋਲੋਜੀ ਮਾਸਕ ਨਾਮ ਦਾ ਇਹ ਪ੍ਰੋਡਕਟ ਆ ਮਸਟ ਪ੍ਰੀਮੈਕਸ ਫਾਰ ਕਲੋਜ਼ ਅਪ ਪੀਰੀਅਡ ਮਤਲਬ ਪਹਿਲਾਂ ਹੀ ਇਹਨੂੰ ਸਾਰੇ ਤੱਤ ਜਿਹੜੇ ਪਸ਼ੂ ਨੂੰ ਗੱਭਣ ਪਸ਼ੂ ਨੂੰ ਚਾਹੀਦੇ ਆ ਸੂਣ ਤੋਂ ਪਹਿਲਾਂ ਉਹਨਾਂ ਵਾਸਤੇ ਇਹਨੂੰ ਸਿਫਾਰਿਸ਼ਲ ਤਿਆਰ ਕੀਤਾ ਗਿਆ ਉਹ ਸਾਰੇ ਤੱਤ ਇਹਨਾਂ ਇਸ ਪ੍ਰੋਡਕਟ ਦੇ ਵਿੱਚ ਬਾਈਜੀ ਹੋ ਰਹੇ ਨੇ ਜਾਂ ਇਸ ਕੰਪਨੀ ਨੇ ਪਾਏ ਹੋਏ ਹਨ ਜਿਨ੍ਹਾਂ ਦੇ ਜ਼ਰੀਏ ਤੁਹਾਡੇ ਪਸ਼ੂ ਦੀ ਸਿਹਤ ਚੰਗੀ ਰਹਿੰਦੀ ਹੈ ਵਧੀਆ ਤਰੀਕੇ ਨਾਲ ਸੂਆ ਹੁੰਦਾ ਮੇਨ ਸਮੱਸਿਆਵਾਂ ਜਿਹੜੀਆਂ ਪਿੰਡਾਂ ਦੇ ਵਿੱਚ ਆਪਾਂ ਡੇਰੀ ਫਾਰਮਰਾਂ ਤੇ ਦੇਖਦੇ ਆ ਵੀ ਇੱਕ ਤਾਂ ਮਿਲਕ ਫੀਵਰ ਜਾਂ ਉਹ ਤੋਂ ਇਲਾਵਾ ਜੇ ਗੱਲ ਕਰੀਏ ਦੋਸਤੋ ਤਾਂ ਜੇਰ ਵਗੈਰਾ ਨਹੀਂ ਪੈਂਦੀ ਕਈ ਵਾਰ ਤਾਂ ਉਹ ਦਿੱਕਤਾਂ ਆਉਂਦੀਆਂ ਪਰ ਜਿਨੇ ਇਹ ਨੂੰ ਪਾਲਿਆ ਉਹਨੂੰ ਇਹ ਸਮੱਸਿਆ ਨਹੀਂ ਆਉਂਦੀ ਕਿਉਂਕਿ ਅੰਦਰੋਂ ਸਿਹਤ ਇੰਨੀ ਕੁ ਨਰੋਈ ਹੋ ਜਾਣੀ ਹੈ ਪਸ਼ੂ ਇੰਨਾ ਕੁ ਤੰਦਰੁਸਤ ਹੋ ਜਾਣਾ ਵੀ ਇਹ ਸਮੱਸਿਆ ਆਉਂਦੀ ਨਹੀਂ ਬਾਅਦ ਚ ਖਰਚਾ ਕਰਨ ਨਾਲੋਂ ਮਿਲਕ ਵੀਰ ਹੋ ਗਿਆ ਤਾਂ ਸਾਰਾ ਸੂਆ ਪਸ਼ੂ ਨੇ ਦੁੱਧ ਨਹੀਂ ਦੇਣਾ ਜੇਰ ਫਸ ਗਈ ਤਾਂ ਤਾਂ ਵੀ ਤੁਸੀਂ ਇਹ ਮੰਨ ਲਓ ਪੀਕ ਲੈਵਲ ਹਾਫ ਹੀ ਰਹਿ ਜਾਊਗਾ ਜਿਹੜੀ ਨੇ 25 ਦੇਣਾ ਉਹ 15 16 ਤੇ ਰੁਕੂਗੀ ਦਵਾਈਆਂ ਅਲੱਗ ਭਰਾਓਗੇ ਪਰ ਜੇ ਤੁਸੀਂ ਉਹ 25 ਦਿਨ ਸੂਣ ਤੋਂ ਪਹਿਲਾਂ ਚੰਗੇ ਸੰਭਾਲ ਲੇ ਤਾਂ ਫਿਰ ਨਾ ਤਾਂ ਇਹ ਸਮੱਸਿਆ ਆਵੇ ਤੇ ਦੂਜੀ ਗੱਲ ਪਸ਼ੂ ਰਿਜ਼ਲਟ ਵੀ ਚੰਗਾ ਦੇਊਗਾ ਕਿਉਂਕਿ ਇਲਾਜ ਨਾਲੋਂ ਇਹਨਾਂ ਦੇ ਪ੍ਰੇਜ ਚੰਗਾ ਤੇ ਪ੍ਰੇਜ ਬਸ ਠੀਕ ਆ ਵੀ ਪਸ਼ੂ ਦੀ ਅੰਦਰੂਨੀ ਸਿਹਤ 'ਤੇ ਧਿਆਨ ਦਿੱਤਾ ਜਾਵੇ ਤੇ ਕਲੋਜੀ ਮਾਸਟ ਪ੍ਰੋਡਕਟ ਸੌਖਾ ਦੇਣਾ 200 ਗ੍ਰਾਮ 100 ਗ੍ਰਾਮ ਸਵੇਰ ਨੂੰ 100 ਗ੍ਰਾਮ ਸ਼ਾਮ ਨੂੰ ਭਾਵੇਂ ਮੂੰਹ ਫੜ ਕੇ ਪਸ਼ੂ ਦਾ ਦੇ ਦਿਓ ਜੇ ਤਾਂ ਵੀ ਖਵਾਉਣਾ ਤੁਹਾਨੂੰ ਸੌਖਾ ਸੋ ਜਰੂਰ ਯੂਜ਼ ਕਰਿਓ ਇੱਕ ਪਸ਼ੂ 'ਤੇ ਜਰੂਰ ਟ੍ਰਾਇਲ ਲਾਇਓ ਤੁਹਾਨੂੰ ਰਿਜ਼ਲਟ ਆਉਣਗੇ ਇਹ ਵਾਦਾ ਤੁਹਾਡੇ ਨਾਲ ਮੇਰਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ ਧੰਨਵਾਦ ਨਵਜੋਤ ਭਾਈ ਧੰਨਵਾਦ ਜੀ ਸਰ